ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਪਲਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੁਰੂ ਦਰਸ਼ਨ। ਅੱਜ ਅਸੀਂ ਪਹੁੰਚੇ ਹੋਏ ਹਾਂ ਗੋਇੰਦਵਾਲ ਸਾਹਿਬ, ਜਿਸ ਨੂੰ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 1546 ਈਸਵੀ ਵਿੱਚ ਵਸਾਇਆ। ਇੱਥੇ ਗੁਰਦੁਆਰਾ ਬੌਲੀ ਸਾਹਿਬ ਹੈ ਜਿੱਥੇ ਅਸੀਂ ਇਸ ਟਾਈਮ ਖੜੇ ਹਾਂ, ਔਰ ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਾਣੀ ਦੀ ਕਿੱਲਤ, ਸਾਫ਼ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਦੇ ਲਈ ਖਾਸ ਤੌਰ 'ਤੇ ਬਣਾਈ ਸੀ। ਇੱਥੇ ਬਹੁਤ ਵੱਡੇ ਪੱਧਰ 'ਤੇ ਸੰਗਤਾਂ ਆਉਂਦੀਆਂ ਸੀਗੀਆਂ, ਔਰ ਸੰਗਤਾਂ ਦੇ ਲਈ ਬੇਸ਼ੱਕ ਬਿਆਸ ਦਾ ਕੰਡਾ ਸੀ, ਪਰੰਤੂ ਸਾਫ਼ ਪਾਣੀ ਮੁਹੱਈਆ ਨਹੀਂ ਸੀ। ਇਸ ਲਈ ਗੁਰੂ ਪਾਤਸ਼ਾਹ ਜੀ ਨੇ 84 ਪੌੜੀਆਂ ਵਾਲੀ ਬੌਲੀ ਬਣਾਈ, ਜਿਸ ਨੂੰ ਕਿ ਇਹ ਵੀ ਜੋੜਿਆ ਜਾਂਦਾ ਹੈ ਕਿ 84 ਲੱਖ ਜੂਨਾਂ ਤੋਂ ਮੁਕਤ ਹੋਣ ਲਈ ਜੇਕਰ ਕੋਈ ਇੱਥੇ ਇੱਕ ਪੌੜੀ 'ਤੇ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਤਾਂ ਉਹਦੇ 84 ਲੱਖ ਜੂਨਾਂ ਕੱਟੀਆਂ ਜਾਂਦੀਆਂ ਨੇ। ਇਸੇ ਹੀ ਥਾਂ 'ਤੇ ਅਕਬਰ ਪਾਤਸ਼ਾਹ ਵੀ ਆਉਂਦਾ ਹੈ ਤਾਂ ਉਹ ਇੱਥੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਵੀ ਛਕਦਾ ਹੈ, ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕਹਿਣ 'ਤੇ ਸਤੀ ਪ੍ਰਥਾ ਨੂੰ ਵੀ ਉਹ ਖਤਮ ਕਰ ਦਿੰਦਾ ਹੈ। ਇਹਦੇ ਇਲਾਵਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਥੋਂ ਹੀ ਪਰਦੇ ਦੀ ਰਿਵਾਜ਼ ਜਿਹੜਾ ਉਸਨੂੰ ਵੀ ਖਤਮ ਕੀਤਾ। ਸੋ ਜੇਕਰ ਅਸੀਂ ਕਹਿ ਲਈਏ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਪ੍ਰਚਾਰਕ ਮੰਜੀਆਂ ਵੀ ਇੱਥੋਂ ਹੀ ਥਾਪੀਆਂ ਨੇ, ਔਰ ਸਿੱਖ ਪੰਥ ਨੂੰ ਬਹੁਤ ਪ੍ਰਫੁੱਲਤ ਕਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਇੱਥੋਂ ਹੀ ਕੀਤੀਆਂ। ਇਸ ਤੋਂ ਇਲਾਵਾ ਬਿਆਸ ਦਰਿਆ ਦਾ ਕੰਢਾ ਹੈ ਤਾਂ ਇੱਥੇ ਸਿੱਖ ਜਿਹੜੇ ਨੇ ਉਹ ਆਪਣੀਆਂ ਅਸਥੀਆਂ ਜਾਂ ਫੁੱਲ ਕਹਿ ਲਈਏ ਇੱਥੇ ਬਿਆਸ ਦੇ ਵਿੱਚ ਪ੍ਰਵਾਹ ਕਰਨ ਦੇ ਲਈ ਲੈ ਕੇ ਆਉਂਦੇ ਨੇ। ਸੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦਿਆਂ ਅਤੇ ਚੱਲਦਿਆਂ ਅੰਦਰ ਤੇਰੇ ਤੇਰੀ ਉਪਮਾਨ ਤੋਹੇ ਬਣੇ ਆਵੈ ਜਲ ਪਾ ਪਦਾਰਥ ਤੜੇ ਗੁਰੂ ਅਮਰਦਾਸ ਡਿੱਠੇ ਮਿਲੇ ਐਸੇ ਮਹਾਨ ਦੀਨ ਦਿਆਲ ਸਿੱਖ ਧਰਮ ਦੇ ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤਿੰਨਾਂ ਦਾ ਪਾਵਨ ਜਨਮ 5 ਮਈ 1479 ਨੂੰ ਨਗਰ ਬਾਸਰ ਕੇ ਗਿੱਲਾਂ ਵਿਖੇ ਹੋਇਆ ਪਿਤਾ ਸਤਿਕਾਰਯੋਗ ਬਾਬਾ ਤੇਜਪਾਨ ਭੱਲਾ ਜੀ ਅਤੇ ਸਤਿਕਾਰਯੋਗ ਮਾਤਾ ਲਖਮੀ ਜੀ ਦੇ ਗ੍ਰਹਿ ਵਿਖੇ ਹੋਇਆ ਸਤਿ ਸੰਗਤ ਜੀ ਸਤਿਗੁਰਾਂ ਦਾ ਬਚਪਨ ਦਾ ਸਮਾਂ ਨਗਰ ਬਾਸਰਕਾ ਗਿੱਲਾ ਵਿਖੇ ਬੀਤਿਆ ਉਪਰੰਤ ਬਾਬਾ ਅਮਰਦਾਸ ਜੀ ਬਚਪਨ ਤੋਂ ਹੀ ਬੜੇ ਸਾਧੂ ਸੁਭਾਅ ਅਤੇ ਸ਼ਾਂਤ ਸੁਭਾਅ ਦੇ ਮਾਲਕ ਸਨ। ਕੁਝ ਸਮਾਂ ਬਤੀਤ ਹੋਣ ਮਗਰੋਂ ਜਦੋਂ ਬਾਬਾ ਅਮਰਦਾਸ ਪਾਤਸ਼ਾਹ ਮਹਾਰਾਜ ਦੂਜੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਤਿੰਨਾਂ ਦੀ ਪਾਵਨ ਹਜ਼ੂਰੀ ਅੰਦਰ ਖਡੂਰ ਸਾਹਿਬ ਵਿਖੇ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਬਾਬਾ ਅਮਰਦਾਸ ਜੀ ਦਾ ਜੋ ਮਿਲਾਪ 1540 ਈਸਵੀ ਨੂੰ ਹੋਇਆ। ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਅੱਜ ਦਰਸ਼ਨ ਦਾਰੇ ਕਰ ਰਹੇ ਹੋ ਗੋਇੰਦਵਾਲ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਜੀ ਦੇ, ਜਿਸ ਪਾਵਨ ਪਵਿੱਤਰ ਨਗਰ ਨੂੰ ਤੀਜੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ
ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਨੇ ਹੁਕਮ ਨੂੰ ਮੰਨਦਿਆਂ ਹੋਇਆਂ 1552 ਈਸਵੀ 'ਚ ਵਸਾਇਆ ਔਰ ਸਤਿਗੁਰਾਂ ਨੂੰ ਪਾਵਨ ਗੁਰਤਾ ਗੱਦੀ ਦੀ ਦਾਤ 1552 ਈਸਵੀ 'ਚ ਪ੍ਰਾਪਤ ਹੋਈ। ਉਸ ਤੋਂ ਉਪਰੰਤ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਪੱਕੇ ਪੈਰੀਂ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਇਸ ਪਾਵਨ ਸਥਾਨ ਗੁਰਦੁਆਰਾ ਬੌਲੀ ਸਾਹਿਬ ਜੀ ਵਿਖੇ ਆਏ ਔਰ ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਸਥਾਨ 'ਤੇ ਰਹਿ ਕਰਕੇ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਸਾਧ ਸੰਗਤ ਜੀ, ਸਿੱਖ ਧਰਮ ਦੇ ਅੰਦਰ ਪਹਿਲਾ ਤੀਰਥ ਬੌਲੀ ਸਾਹਿਬ ਦੀ ਕਾਰ ਸੇਵਾ ਸਤਿਗੁਰਾਂ ਨੇ 1553 ਈਸਵੀ 'ਚ ਪ੍ਰਾਰੰਭ ਕਰਵਾ ਕੇ 6 ਸਾਲ ਦਾ ਸਮਾਂ ਲੱਗਾ ਔਰ 1569 ਈਸਵੀ 'ਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸੰਦੇਸ਼ੇ ਭੇਜ ਕਰਕੇ ਇਸ ਪਾਵਨ ਸਥਾਨ 'ਤੇ ਸਭ ਤੋਂ ਪਹਿਲਾਂ ਵਿਸਾਖੀ ਦਾ ਪੁਰਬ ਮਨਾਉਣਾ ਕੀਤਾ। ਸਾਧ ਸੰਗਤ ਜੀ, ਇਸ ਪਾਵਨ ਪਵਿੱਤਰ ਸਥਾਨ 'ਤੇ ਸਤਿਗੁਰੂ 22 ਸਾਲ ਦਾ ਸਮਾਂ ਰਹੇ। 1552 ਤੋਂ ਲੈ ਕਰਕੇ 1574 ਈਸਵੀ ਤੱਕ ਅੰਤਿਮ ਸਮਾਂ ਸਤਿਗੁਰਾਂ ਦਾ ਜੋਤੀ ਜੋਤ ਸਥਾਨ ਵੀ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ, ਗੁਰਦੁਆਰਾ ਚਬਾਰਾ ਸਾਹਿਬ ਜੀ ਵਿਖੇ ਹੋਇਆ। ਸਾਧ ਸੰਗਤ ਜੀ, ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੌਲੀ ਸਾਹਿਬ ਜੀ ਵਿਖੇ ਦੁਨਿਆਵੀ ਬਾਦਸ਼ਾਹ ਅਕਬਰ ਬਾਦਸ਼ਾਹ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਨ ਵਾਸਤੇ ਆਇਆ ਤਾਂ ਸਤਿਗੁਰਾਂ ਦਾ ਉਪਦੇਸ਼ ਪਹਿਲੇ ਪੰਗਤ ਪਾਸ਼ੇ ਸੰਗਤ ਨੂੰ ਮੰਨਦਿਆਂ ਹੋਇਆਂ, ਛੂਤ ਛਾਤ ਨੂੰ ਮਿਟਾਉਂਦਿਆਂ ਹੋਇਆਂ, ਭੇਦ ਭਾਵ ਨੂੰ ਮਿਟਾਉਂਦਿਆਂ ਹੋਇਆਂ ਗੁਰੂ ਕੀ ਸੰਗਤ ਦੇ ਅੰਦਰ ਬੈਠ ਕਰਕੇ ਲੰਗਰ ਦੇ ਅੰਦਰ ਬੈਠ ਕਰਕੇ ਉਸਨੇ ਸਾਧ ਸੰਗਤ ਜੀ ਲੰਗਰ ਨੂੰ ਛਕਣਾ ਕੀਤਾ। ਫਿਰ ਸਤਿਗੁਰਾਂ ਨੇ ਦਰਸ਼ਨ ਦਾਰੇ ਦਿੱਤੇ। ਇਸ ਪਾਵਨ ਪਵਿੱਤਰ ਸਥਾਨ ਦੇ ਜੋ ਸਮੁੱਚੇ ਸਾਧ ਸੰਗਤ ਜੀ ਪ੍ਰਬੰਧ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅਧੀਨ ਸਤਿਕਾਰਯੋਗ ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ਮੁੰਡਾ ਮਿੰਡ ਉਹਨਾਂ ਦੀ ਰਹਿਨੁਮਾਈ ਵੇਖ ਸਾਧ ਸੰਗਤ ਜੀ ਜੋ ਸਾਰਾ ਪ੍ਰਬੰਧ ਚੱਲ ਰਿਹਾ ਹੈ। ਇਸ ਪਾਵਨ ਪਵਿੱਤਰ ਸਥਾਨ 'ਤੇ ਸਤਿਗੁਰੂ ਗੋਬਿੰਦਵਾਲ ਸਾਹਿਬ ਵਿਖੇ 22.5 ਸਾਲ ਦਾ ਸਮਾਂ ਰਹੇ, ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਆਪ ਸਰਬੱਤ ਸੰਗਤਾਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰਦੁਆਰਾ ਬੌਲੀ ਸਾਹਿਬ ਗੋਬਿੰਦਵਾਲ ਸਾਹਿਬ ਦੇ ਪਾਵਨ ਦਰਸ਼ਨ ਦਾਰੇ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਖਡੂਰ ਸਾਹਿਬ ਤੋਂ 9 ਮੀਲ ਜਾਂ ਅਸੀਂ ਕਹਿ ਲਈਏ ਕਿ ਲਗਭਗ 15 ਕਿਲੋਮੀਟਰ ਦੀ ਦੂਰੀ 'ਤੇ ਹੈ ਔਰ ਅੰਮ੍ਰਿਤਸਰ ਤੋਂ ਇਹਦੀ ਦੂਰੀ ਲਗਭਗ 50 ਕਿਲੋਮੀਟਰ ਹੈ। ਸੋ ਇਸੇ ਹੀ ਪ੍ਰਕਾਰ ਤੁਹਾਨੂੰ ਅਸੀਂ ਹੋਰ ਗੁਰਧਾਮਾਂ ਦੇ ਦਰਸ਼ਨ ਕਰਵਾਉਂਦੇ ਰਹਾਂਗੇ ਅਤੇ ਤੁਸੀਂ ਜੁੜੇ ਰਹੋ ਸਿੱਖਸ ਆਫ ਇੰਡੀਆ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।